ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਨੰਗਲ ਵਿਖੇ ਸ਼ਿਵਾਲਿਕ ਐਵਨਿਊ ਫੇਸ 1 ਏ ਅਤੇ ਫੇਸ 1 ਬੀ ਨੂੰ ਜੋੜਨ ਵਾਲਾ ਮਾਤਰ ਇੱਕ ਸ਼ਾਰਟਕਟ ਰਸਤੇ ਨੂੰ ਰੇਲਵੇ ਪ੍ਰਸ਼ਾਸਨ ਦੁਆਰਾ ਬੰਦ ਕਰ ਦਿੱਤਾ ਗਿਆ ਹੈ ਜਿਸ ਦੇ ਚੱਲਦੇ ਹੋਏ ਸਥਾਨਕ ਵਸਨੀਕਾਂ ਦੇ ਵਿੱਚ ਕਾਫੀ ਰੋਸ਼ ਵੇਖਣ ਨੂੰ ਮਿਲ ਰਿਹਾ ਹੈ। ਸੀਨੀਅਰ ਸਿਟੀਜ਼ਨ ਵਿਜੇ ਸੈਣੀ ਅਤੇ ਸ਼ਹੀਦ ਕੈਪਟਨ ਅਮੋਲ ਕਾਲੀਆ ਦੇ ਪਿਤਾ ਸਤਪਾਲ ਕਾਲੀਆ ਨੇ ਦੱਸਿਆ ਕਿ ਇਸ ਰਸਤੇ ਤੋਂ ਰੋਜ਼ਾਨਾ ਹਜ਼ਾਰਾਂ ਪੈਦਲ ਰਾਗੀਰ ਅਤੇ ਦੋਪਹੀਆ ਵਾਹਨ ਗੁਜ਼ਰਦੇ ਹਨ। ਇਸ ਰਸਤੇ ਤੋਂ ਛੋਟੇ ਬੱਚੇ ਟਿਊਸ਼ਨ ਪੜ੍ਹਨ ਦੇ ਲਈ ਅਤੇ ਦਿਹਾੜੀਦਾਰ ਮਜ਼ਦੂਰ ਪੈਦਲ ਆਪਣੇ ਕੰਮ ਨੂੰ ਜਾਣ ਲਈ ਸੁਰੱਖਿਅਤ ਗੁਜ਼ਰਦੇ ਹਨ। ਇਸ ਦੇ ਬੰਦ ਹੋਣ ਨਾਲ ਉਹਨਾਂ ਨੂੰ ਲਗਭਗ 6 ਤੋਂ 7 ਕਿਲੋਮੀਟਰ ਮੇਨ ਹਾਈਵੇ ਤੋਂ ਗੁਜ਼ਰ ਕੇ ਆਉਣਾ ਪਵੇਗਾ ਜਿਸ ਦੇ ਨਾਲ ਕੋਈ ਵੀ ਸੜਕ ਹਾਦਸਾ ਹੋਣ ਦਾ ਡਰ ਬਣਿਆ ਰਹੇਗਾ। ਵਾਰਡ ਪਾਰਸ਼ਦ ਦੀਪਕ ਨੰਦਾ ਨੇ ਦੱਸਿਆ ਕਿ ਸ਼ਿਵਾਲਿਕ ਐਵਨਿਊ ਦੇ ਲੋਕ ਪਹਿਲਾਂ ਹੀ ਫਲਾਈਓਵਰ ਦੇ ਕਾਰਨ ਮੇਨ ਰੋਡ ਵੱਲ ਜਾਣ ਵਾਲੇ ਰਸਤੇ ਬੰਦ ਹੋਣ ਕਾਰਨ ਕਾਫੀ ਪਰੇਸ਼ਾਨ ਹਨ। ਇਸ ਸ਼ਾਰਟਕਟ ਰਸਤੇ ਦੇ ਬੰਦ ਹੋ ਜਾਣ ਦੇ ਨਾਲ ਸਿਰਫ ਕਲੋਨੀ ਦੇ ਲੋਕ ਹੀ ਨਹੀਂ ਬਲਕਿ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਭਾਰੀ ਦਿੱਕਤ ਹੋ ਜਾਵੇਗੀ। ਹਰ ਰੋਜ਼ ਇਸ ਰਸਤੇ ਨੂੰ ਯੂਜ਼ ਕਰਨ ਵਾਲੇ ਛੋਟੇ ਬੱਚੇ, ਮਹਿਲਾਵਾਂ ਤੇ ਬਜ਼ੁਰਗਾਂ ਨੂੰ ਸੜਕ ਦੁਰਘਟਨਾ ਦਾ ਡਰ ਬਣਿਆ ਰਹੇਗਾ। ਸਥਾਨਕ ਵਾਸੀਆਂ ਨੇ ਦੱਸਿਆ ਕਿ ਇਸ ਰਸਤੇ ਦੇ ਬੰਦ ਹੋ ਜਾਣ ਦੇ ਨਾਲ ਬਜ਼ੁਰਗਾਂ ਤੇ ਸਕੂਲੀ ਬੱਚਿਆਂ ਨੂੰ ਬਹੁਤ ਦਿੱਕਤ ਹੋਏਗੀ ਅਤੇ ਨਾਲ ਹੀ ਵਪਾਰ ਵੀ ਪ੍ਰਭਾਵਿਤ ਹੋਵੇਗਾ। ਉੱਥੇ ਮੌਜੂਦ ਸਥਾਨਕ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਰੇਲਵੇ ਦੇ ਨੀਚੇ ਨਿਕਲਣ ਵਾਲੇ ਰਸਤੇ ਨੂੰ ਬੰਦ ਨਾ ਕੀਤਾ ਜਾਵੇ। ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਹਾਂਜੀ ਅੰਕਲ, ਅੱਜ ਕਿਆ ਸਮੱਸਿਆ ਸੀਗੀ? ਤੁਸੀਂ ਅੱਜ ਇੱਥੇ ਕਿਉਂ ਇਕੱਠੇ ਹੋਏ ਜੀ? ਅੱਜ ਇੱਥੇ ਇੱਕ ਰੇਲਵੇ ਅੰਡਰਪਾਸ ਰਸਤਾ ਨੂੰ ਬੰਦ ਕਰ ਦਿੱਤਾ ਗਿਆ। ਇਸ ਨਾਲ ਸਾਨੂੰ ਸਭ ਨੂੰ ਕਾਫੀ ਤਕਲੀਫ ਹੋਈ ਹੈ। ਸੈਰ ਕਰਨ ਵਾਲੇ ਜਿਹੜੇ ਬਜ਼ੁਰਗ ਹੈ ਉਹ ਹੁਣ ਸੈਰ ਨਹੀਂ ਕਰ ਸਕਣਗੇ। ਆਉਣੇ ਜਾਣੇ ਵਾਲੀ ਮਾਈਆਂ ਹੋਰ ਬੱਚੇ ਜਿਹੜੇ ਇੱਥੋਂ ਬਹੁਤ ਜ਼ਿਆਦਾ ਨੰਬਰ 'ਚ ਪਾਸ ਕਰਦੇ ਸੀ, ਉਹਨਾਂ ਲਈ ਬੜੀ ਮੁਸ਼ਕਲ ਹੋ ਗਈ ਹੈ। ਔਰ ਈਵਨ ਸਕੂਟਰ ਵਾਲਿਆਂ ਨੂੰ ਵੀ ਹੁਣ 5-7 ਕਿਲੋਮੀਟਰ ਘੁੰਮ ਕੇ ਆਉਣਾ ਪਏਗਾ। ਇਹ ਫੇਸ 1A ਔਰ 1B ਦੇ ਵਿੱਚ ਇੱਕ ਬੜਾ ਇੰਪੋਰਟੈਂਟ ਲਿੰਕ ਸੀਗਾ, ਇਹ ਵੀ ਅੱਜ ਖਤਮ ਕਰਤਾ ਗਿਆ। ਅਤੇ ਮੇਰੀ ਪ੍ਰਸ਼ਾਸਨ ਅੱਗੇ ਜ਼ੋਰਦਾਰ ਅਪੀਲ ਹੈ ਕਿ ਇਸ ਸਾਨੂੰ ਥੋੜ੍ਹਾ ਜਿਹਾ ਇਸ ਪਾਸੇ ਸਾਡਾ ਖਿਆਲ ਕੀਤਾ ਜਾਵੇ ਔਰ ਰਸਤਾ ਸਾਨੂੰ ਦਿੱਤਾ ਜਾਵੇ। ਅੱਜ ਕਿਆ ਸਮੱਸਿਆ ਜੀ? ਇਹ ਜਿਹੜਾ ਬੰਦ ਹੋ ਰਿਹਾ ਰਸਤਾ, ਬਿਲਕੁਲ ਮਤਲਬ ਠੀਕ ਹੈ। ਅਸੀਂ ਸਮਝਦੇ ਹਾਂ ਕਿ ਜਿਹੜੇ ਜਿੰਨੇ ਵੀ ਹਾਦਸੇ ਹੁੰਦੇ ਉਹਨਾਂ ਨੂੰ ਰੋਕਣ ਦੇ ਲਈ ਸਾਰੀ ਫੈਂਸਿੰਗ ਕੀਤੀ ਜਾ ਰਹੀ ਹੈ, ਪਰ ਦੇਖਿਆ ਜਾਵੇ ਤਾਂ ਜਿਹੜੀ ਥੱਲੋਂ ਪੁਲ ਦੇ ਥੱਲੋਂ ਜਗ੍ਹਾ ਨਿਕਲਦੀ ਹੈਗੀ ਹੈ ਉਹ ਇੱਕ ਬਣਾਇਆ ਹੋਇਆ ਹੈ, ਉਹਦੇ ਕਰਕੇ ਹੀ ਜੇ ਆਪਾਂ ਦੇਖੀਏ ਤਾਂ ਕਿੰਨਾ ਹੀ ਟ੍ਰੈਫਿਕ ਜਿਹੜਾ ਉਹ ਡਾਇਵਰਟ ਹੋ ਜਾਂਦਾ। ਇੱਧਰੋਂ ਜਿਹੜੇ ਆਮ ਜਨਤਾ ਹੈਗੀ ਇੱਧਰੋਂ ਨਿਕਲ ਜਾਂਦੀ ਹੈ, ਵਪਾਰ ਬੜਾ ਇਹਦੇ ਨਾਲ ਪ੍ਰਭਾਵਿਤ ਹੋ ਰਿਹਾ ਹੈ ਨਾ। ਹੁਣ ਜੇ ਇੱਕੋ ਹੀ ਜਗ੍ਹਾ ਤੋਂ ਸਾਰਾ ਟ੍ਰੈਫਿਕ ਕਰੋਗੇ, ਨੈਸ਼ਨਲ ਹਾਈਵੇ ਦਾ ਤਾਂ ਟ੍ਰੈਫਿਕ ਇੱਕ ਜਗ੍ਹਾ ਤੋਂ ਹੈਗਾ ਹੀ ਹੈਗਾ, ਅਤੇ ਜਦੋਂ ਆਮ ਜਨਤਾ ਦਾ ਵੀ ਟ੍ਰੈਫਿਕ ਉੱਥੋਂ ਜਾਏਗਾ ਤਾਂ ਉੱਧਰ ਵੀ ਤਾਂ ਹਾਦਸੇ ਵਧਣਗੇ ਹੀ ਸਾਰੇ, ਜਿਹੜੇ ਕਿ 24 ਘੰਟੇ ਹੋਣਗੇ। ਇੱਥੇ ਤਾਂ ਟ੍ਰੇਨ ਇੱਕ ਟਾਈਮ ਦੀ ਹੈ, ਬੰਦਿਆਂ ਨੂੰ ਪਤਾ ਵੀ ਹੈ ਇਸ ਟਾਈਮ 'ਤੇ ਆਊਗੀ, ਨਾਲੇ ਉੱਪਰੋਂ ਲੰਘਣ ਦਾ ਤਾਂ ਬੰਦ ਕਰ ਹੀ ਦਿੱਤਾ, ਤੁਸੀਂ ਪਿੱਛੇ ਦੇਖ ਸਕਦੇ ਹੋ ਸਾਰਾ ਬੰਦ ਕਰ ਚੁੱਕੇ ਹੋਏ ਉਹ, ਠੀਕ ਹੈ। ਅਤੇ ਥੱਲੋਂ ਲੰਘਣ ਦੇ ਲਈ ਮੈਨੂੰ ਨਹੀਂ ਲੱਗਦਾ ਕਿ ਇੱਥੇ ਕੋਈ ਵੀ ਉਹ ਹੈਗੀ, ਅਤੇ ਨਾਲੇ ਸਾਡੇ ਬਜ਼ੁਰਗ ਵੀ ਦੱਸਦੇ ਹੁੰਦੇ ਸੀ ਜਿਵੇਂ ਕਿ ਜਿਹੜੀ ਸੜਕ ਹੈਗੀ ਹੈ ਪਹਿਲਾਂ ਦੀ ਅਪਰੂਵਡ ਹੋਈ ਵੀ ਹੈ, ਔਰ ਜਿਹੜਾ ਅਜੋਲੀ ਵਾਲਾ ਇੱਕ ਫਾਟਕ ਹੈਗਾ ਉਹ ਵੀ ਦੱਸਿਆ ਜਾਂਦਾ ਸੀਗਾ ਕਿ ਇੱਥੇ ਹੀ ਬੋਲਦਾ, ਠੀਕ ਹੈ। ਇਸ ਜਗ੍ਹਾ 'ਤੇ ਉਹ ਫਾਟਕ ਸੀ, ਪਰ ਚਲੋ ਉੱਧਰ ਜਦੋਂ ਹਾਈਵੇ ਬਣ ਗਿਆ ਤਾਂ ਉੱਧਰ ਉਹਨਾਂ ਨੇ ਉਹਨੂੰ ਸ਼ਿਫਟ ਕਰ ਦਿੱਤਾ, ਪਰ ਕਾਗਜ਼ਾਂ 'ਚ ਅੱਜ ਵੀ ਕਹਿੰਦੇ ਇਸੀ ਜਗ੍ਹਾ 'ਤੇ ਹੈ। ਤਾਂ ਇਸ ਚੀਜ਼ ਲਈ ਪ੍ਰਸ਼ਾਸਨ ਨੂੰ ਜ਼ਰੂਰ ਸੋਚਣਾ ਚਾਹੀਦਾ, ਕਿਉਂਕਿ ਆਮ ਜਨਤਾ ਦੀ ਜਿਹੜੀ ਡੇਲੀ ਲਾਈਫ ਹੈ ਉਹੀ ਬਹੁਤ ਪ੍ਰਭਾਵਿਤ ਹੋਏਗੀ ਇਹਦੇ ਨਾਲ। ਸਟਾਰਟ। ਅੱਜ ਸ਼ਿਵਾਲਿਕ ਐਵਨਿਊ ਫੇਸ 1A ਔਰ 1B ਨੂੰ ਕਨੈਕਟ ਕਰਨ ਵਾਲਾ ਜਿਹੜਾ ਰੇਲਵੇ ਅੰਡਰਪਾਸ ਸੀਗਾ, ਇਹ ਰੇਲਵੇ ਅੰਡਰਪਾਸ ਰੇਲਵੇ ਵਾਲਿਆਂ ਨੇ ਦੋਨਾਂ ਤਰਫ ਦੀਵਾਰ ਕਰਕੇ ਅੱਜ ਪੂਰਨ ਰੂਪ 'ਤੇ ਜਿਹੜਾ ਰਸਤਾ ਸ਼ਾਰਟਕੱਟ ਸੀਗਾ ਬੰਦ ਕਰਤਾ। ਇਸ ਰਸਤੇ ਤੋਂ ਤਕਰੀਬਨ ਦਰਜਨਾਂ ਪਿੰਡ ਜਿਹੜੇ ਪੰਜਾਬ ਹਿਮਾਚਲ ਨੂੰ ਜੋੜਦੇ ਆ ਉੱਥੇ ਦੇ ਲੋਕ ਲੰਘਦੇ ਸੀਗੇ, ਛੋਟੇ ਛੋਟੇ ਬੱਚੇ ਜਿਹੜੇ ਟਿਊਸ਼ਨਾਂ ਜਾਂਦੇ ਸੀਗੇ ਫੇਸ 1A ਤੋਂ 1B ਦੇ ਵਿੱਚ, ਉਹਨਾਂ ਲਈ ਵੀ ਬੜੀ ਪਰੇਸ਼ਾਨੀ ਬਣ ਗਈ। ਪੁਰਾਣੇ ਬਜ਼ੁਰਗ ਜਿਹੜੇ ਸੈਰ ਕਰਦੇ ਸੀਗੇ ਜਾਂ ਕੰਮ ਵਾਲੀਆਂ ਜਿਹੜੀਆਂ ਕੰਮ ਨੂੰ ਆਪਣੇ ਲੇਬਰ ਤਬਕਾ ਵੀ ਪੈਦਲ ਟੱਪਦਾ ਸੀ, ਉਹ ਵੀ ਬੰਦ ਹੋ ਗਿਆ ਰਸਤਾ, ਕਿਉਂਕਿ ਤੁਹਾਨੂੰ ਪਤਾ ਫਲਾਈਓਵਰ ਬਣ ਗਿਆ। ਉਹਦੇ ਕਰਕੇ ਜਿਹੜਾ ਸ਼ਿਵਾਲਿਕ ਐਵਨਿਊ ਦਾ ਜਿਹੜੀ ਐਂਟਰੀ ਸੀਗੀ ਅਜੋਲੀ ਮੋੜ ਵਾਲੀ, ਉਹ ਵੀ ਬੰਦ ਕਰ ਦਿੱਤੀ ਗਈ ਸੀਗੀ। ਸਾਨੂੰ ਹੁਣ ਤਕਰੀਬਨ 1A ਤੋਂ ਔਰ 1B ਦੇ ਵਿੱਚ ਜਾਣ ਲਈ ਤਕਰੀਬਨ 7-8 ਕਿਲੋਮੀਟਰ ਦਾ ਦੂਰ ਦਾ ਰਸਤਾ ਜਿਹੜਾ ਜਾਣਾ ਪਏਗਾ। ਕਾਰਾਂ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ, ਸਕੂਟਰ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ, ਲੇਕਿਨ ਜਿਹੜੇ ਪੈਦਲ ਰਾਹਗੀਰ ਟੱਪਦੇ ਸੀਗੇ ਉਹਨਾਂ ਲਈ ਬਹੁਤ ਹੀ ਕਠਿਨਾਈ ਹੈ। ਅਤੇ ਮੈਂ ਪ੍ਰਸ਼ਾਸਨ ਅੱਗੇ ਇਹ ਮੰਗ ਕਰਦਾ, ਰੇਲਵੇ ਅੱਗੇ ਵੀ, ਕਿ ਅਸੀਂ ਰੇਲਵੇ ਲਾਈਨ 'ਤੇ ਉੱਪਰੋਂ ਟੱਪਣ ਲਈ ਰਸਤਾ ਨਹੀਂ ਮੰਗ ਰਹੇ, ਬਲਕਿ ਜਿਹੜਾ ਥੱਲਿਓ ਰਸਤਾ ਜਾਂਦਾ ਸੀ ਅੰਡਰਪਾਸ, ਜੋ ਕਿ ਐਜ਼ ਪਰ ਲੋ ਵੀ ਹੈ, ਨੀਚੇ ਅੰਡਰਪਾਸ ਹਰ ਸ਼ਹਿਰਾਂ 'ਚ ਬਣੇ ਹੁੰਦੇ ਆ, ਲੋਕਾਂ ਦੀ ਸੁਵਿਧਾ ਲਈ ਬਣੇ ਹੁੰਦੇ ਆ। ਅਗਰ ਰੇਲਵੇ ਨੇ ਇਹ ਸੇਫਟੀ ਦਾ ਕੰਮ ਕੀਤਾ, ਅਸੀਂ ਇਹਦਾ ਵਿਰੋਧ ਨਹੀਂ ਕਰਦੇ, ਬਹੁਤ ਵਧੀਆ ਕੰਮ ਕਰ ਰਹੀ ਹੈ, ਲੇਕਿਨ ਲੋਕਾਂ ਨੂੰ ਉਸ ਸੇਫਟੀ ਪਿੱਛੇ ਜਿਹੜੀ ਅਸੁਵਿਧਾ ਹੋਏਗੀ ਉਹ ਬੜੀ ਮਾੜੀ ਗੱਲ ਹੈ। ਰੇਲਵੇ ਨੂੰ
दोबारा अपना जिहड़ा इह जिहड़ा इन्हां ने प्रोजैक्ट बनाया इहनूं रिवाइज़ करना चाहिए, सोचना चाहिए कि लोगों को जिहड़ी सुविधा होवे उन्ने क रस्ते इन्हां नूं छड्डण जांदे। मैं प्रशासन अगे फिर एक बार मंग करदा रेलवे प्रशासन अगे भी कि इस रस्ते नूं बंद ना किया जाए, इहनूं खोलिया जाए। धन्यवाद जी।